ਹਨ ਤਾਂ ਡੇਰੇ ਦੀਆਂ ਸਾਰੀਆਂ ਸੇਵਾਵਾਂ ਉਹਨਾਂ ਦੀ ਧਰਮ ਪਤਨੀ ਸੰਤ ਬੀਬੀ ਬਿਮਲਾ ਰਾਣੀ ਜੀ ਅਤੇ ਉਹਨਾਂ ਦੇ ਸਪੁੱਤਰ ਜਸਵਿੰਦਰ ਪਾਲ ਅਤੇ ਮੋਹਨ ਪਾਲ ਜੀ ਸਾਥ ਨਿਭਾਉਂਦੇ ਹਨ। ਸੰਤ ਬੀਬੀ ਬਿਮਲਾ ਰਾਣੀ ਜੀ ਬੜੇ ਨਿੱਘੇ ਅਤੇ ਸਾਧੂ ਸੁਭਾਅ ਦੇ ਮਾਲਕ ਹਨ। ਇਸੇ ਤਰ੍ਹਾਂ ਜਦੋਂ 108 ਸੰਤ ਮਹਿੰਦਰ ਪਾਲ ਜੀ 1980 ਤੋਂ ਲੈ ਕੇ 1985 ਤੱਕ ਅਰਬ ਕੰਟਰੀ ਵਿੱਚ ਕਿਰਤ ਕਰਨ ਵਾਸਤੇ ਆਉਂਦੇ ਜਾਂਦੇ ਰਹੇ ਅਤੇ ਕਿਰਤ ਕਰਦਿਆਂ ਕਰਦਿਆਂ ਹੀ ਡੇਰੇ ਲਈ ਇੱਕ ਕਨਾਲ 10 ਮਰਲੇ ਜਗ੍ਹਾ ਖਰੀਦ ਕੀਤੀ ਗਈ, ਜਿੱਥੇ ਅੱਜ ਦੇਸ਼ ਤੇ ਵਿਦੇਸ਼ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਸਦਕਾ 2 ਮੰਜ਼ਲਾਂ ਲੰਗਰ ਘਰ ਉਸਾਰੇ ਗਏ ਹਨ, ਜਿਨ੍ਹਾਂ ਦੇ ਨੀਂਹ ਪੱਥਰ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਰਜਿਸਟਰ ਪੰਜਾਬ ਦੇ ਸੰਤ ਮਹਾਂਪੁਰਸ਼ਾਂ ਨੇ ਸੰਗਤਾਂ ਦੇ ਭਾਰੀ ਇਕੱਠ ਵਿੱਚ ਮਿਤੀ 2 ਅਪ੍ਰੈਲ 1997 ਦਿਨ ਬੁੱਧਵਾਰ ਨੂੰ ਰੱਖਿਆ ਗਿਆ ਸੀ। ਇਸ ਬਾਰੇ 108 ਸੰਤ ਮਹਿੰਦਰ ਪਾਲ ਜੀ ਆਪ ਜੀ ਨੂੰ ਜਾਣਕਾਰੀ ਦੇ ਰਹੇ ਹਨ। ਗੁਰੂ ਰੂਪ ਪਿਆਰੀ ਸਤਸੰਗ ਜੀਓ, ਆਪ ਜੀ ਨੂੰ ਦਾਸ ਜਾਣਕਾਰੀ ਦੇ ਰਿਹਾ ਹੈ, ਇਹ ਜਿਸ ਸਥਾਨ ਤੇ ਖੜੇ ਹੈ ਇਹ ਸਥਾਨ ਦਾਸ ਜਿਸ ਵੇਲੇ ਅਰਬ ਕੰਟਰੀ ਤੋਂ ਵਾਪਸ ਆਇਆ, ਸਤਿਗੁਰਾਂ ਨੇ ਕਿਰਪਾ ਕੀਤੀ, ਇਹ ਜਗ੍ਹਾ ਦੀ ਆਪਾਂ ਖਰੀਦ ਕੀਤੀ 90 ਚ 1996 ਨੂੰ ਸੰਗਤਾਂ ਵਾਸਤੇ ਸੰਗਤ ਦੇ ਸਹਿਯੋਗ ਨਾਲ ਦਿਨ ਬੁੱਧਵਾਰ ਸੀ। ਇਹ ਲੰਗਰ ਹਾਲ ਬਿਲਕੁਲ ਤਿਆਰ ਹੈ, ਸੰਗਤਾਂ ਔਰ ਪਾਠੀ ਇਸ ਲੰਗਰ ਸਥਾਨ ਤੇ ਸੇਵਾ ਸੁਣਦੇ ਵੀ ਹੈ ਔਰ ਲੰਗਰ ਵੀ ਛਕਦੇ ਹੈ, ਔਰ ਕਾਂਛੀ ਨਗਰ ਦੀਆਂ ਸੰਗਤਾਂ ਫਗਵਾੜੇ ਤੋਂ ਆ ਕੇ ਲੱਖਾਂ ਸੰਗਤਾਂ ਨੂੰ ਲੰਗਰ ਪਾਣੀ ਦੀ ਸੇਵਾ ਛਕਾ ਰਹੀਆਂ ਨੇ, ਔਰ ਕਾਂਛੀ ਨਗਰ ਦੀਆਂ ਸਭ ਸੰਗਤਾਂ ਦਾਸ ਕੋਟਰ ਕੋਟ ਧੰਨਵਾਦੀ ਹੈ, ਔਰ ਡੇਰਾ ਬਾਬਾ ਸਾਹਿਬ ਪ੍ਰਬੰਧਕ ਕਮੇਟੀ ਵੱਲੋਂ ਮੈਂ ਉਹਨਾਂ ਦਾ ਧੰਨਵਾਦ ਕਰਦਾ। ਗੁਰੂ ਪਿਆਰੀ ਸਾਧ ਸੰਗਤ ਜੀਓ, ਜਦੋਂ 108 ਸੰਤ ਮਹਿੰਦਰ ਪਾਲ ਜੀ ਸਨ 1980 ਵਿੱਚ ਅਰਬ ਕੰਟਰੀ ਗਏ ਹੋਏ ਸਨ ਤਾਂ 108 ਸੰਤ ਬਾਬਾ ਹੰਸ ਰਾਜ ਮਹਾਰਾਜ ਜੀ ਨੇ ਸੰਤ ਮਹਿੰਦਰ ਪਾਲ ਜੀ ਨੂੰ ਸੁਪਨੇ ਰਾਹੀਂ ਦਰਸ਼ਨ ਦੇ ਕੇ ਕਿਹਾ ਕਿ ਕਿਤੇ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਮ 'ਤੇ ਸਰੋਵਰ ਹੋਵੇ ਜਿਸ ਵਿੱਚ ਆਪਾਂ ਇਸ਼ਨਾਨ ਕਰ ਸਕੀਏ। 108 ਸੰਤ ਮਹਿੰਦਰ ਪਾਲ ਜੀ ਨੇ ਜਾਣੀ ਜਾਣ 108 ਸੰਤ ਹੰਸ ਰਾਜ ਮਹਾਰਾਜ ਜੀ ਨਾਲ ਵਚਨ ਸਾਂਝੇ ਕੀਤੇ ਕਿ ਮਹਾਰਾਜ ਜੀ, ਸਤਿਗੁਰ ਰਵਿਦਾਸ ਮਹਾਰਾਜ ਜੀ ਦੇ ਨਾਮ 'ਤੇ ਸਰੋਵਰ ਕਿਤੇ ਵੀ ਨਹੀਂ ਹੈ ਜਿਸ ਵਿੱਚ ਆਪਾਂ ਇਸ਼ਨਾਨ ਕਰ ਸਕੀਏ। ਤਾਂ ਅੱਗੋ 108 ਸੰਤ ਹੰਸ ਰਾਜ ਮਹਾਰਾਜ ਜੀ ਨੇ ਵਚਨ ਕੀਤਾ ਕਿ ਇੱਕ ਦਿਨ ਪਾਂਡਵੇ ਦੀ ਪਵਿੱਤਰ ਧਰਤੀ 'ਤੇ ਸੰਗਤਾਂ ਦੇ ਸਹਿਯੋਗ ਨਾਲ ਸ਼੍ਰੀ ਗੁਰੂ ਰਵਿਦਾਸ ਸਰੋਵਰ ਸਾਰੇ ਜਾਣਗੇ। ਜਦੋਂ 108 ਸੰਤ ਮਹਿੰਦਰਪਾਲ ਜੀ ਨੂੰ ਅਮਰੀਕਾ ਵਿੱਚ ਸਰਦਾਰ ਪਰਮਜੀਤ ਸਿੰਘ ਬੁੱਟਰ ਨੇ ਪਹਿਲੀ ਵਾਰ ਬੁਲਾਇਆ ਤਾਂ ਸਰੋਵਰ ਦੀ ਜਾਣਕਾਰੀ ਦਿੱਤੀ। ਅਮਰੀਕਾ, ਇੰਗਲੈਂਡ, ਕੈਨੇਡਾ, ਦੁਬਈ ਅਤੇ ਯੂਰਪ ਦੀਆਂ ਬੇਅੰਤ ਸੰਗਤਾਂ ਨੇ ਸੇਵਾ ਕੀਤੀ। ਸਮਾਂ ਬੀਤਦਿਆਂ ਜਦੋਂ 108 ਸੰਤ ਮਹਿੰਦਰਪਾਲ ਜੀ ਵਿਦੇਸ਼ ਗਏ ਤਾਂ 108 ਸੰਤ ਬੀਬੀ ਬਿਮਲਾ ਰਾਣੀ ਜੀ ਨੇ ਸੰਗਤਾਂ ਨੂੰ ਨਾਲ ਲੈ ਕੇ ਸਰੋਵਰ ਦੀ ਉਸਾਰੀ ਲਈ ਸਨ 2002 ਵਿੱਚ ਜਗ੍ਹਾ ਖਰੀਦ ਕੀਤੀ ਅਤੇ 108 ਸੰਤ ਬਾਬਾ ਹੰਸ ਰਾਜ ਮਹਾਰਾਜ ਜੀ ਦੇ 32ਵੇਂ ਸਾਲਾਨਾ ਬਰਸੀ ਸਮਾਗਮ 'ਤੇ ਮਿਤੀ 18/8/2002 ਦਿਨ ਐਤਵਾਰ ਨੂੰ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਰਜਿਸਟਰ ਪੰਜਾਬ ਦੇ ਮਹਾਨ ਮਹਾਂਪੁਰਸ਼ਾਂ ਦੇ ਨਾਲ ਡੇਰਾ 108 ਸੰਤ ਬਾਬਾ ਫੂਲ ਨਾਥ ਮਹਾਰਾਜ ਨਾਨਕ ਨਗਰੀ GT ਰੋਡ ਚਿਹੜੂ ਦੇ ਮੌਜੂਦਾ ਗੱਦੀ ਨਸ਼ੀਨ 108 ਸੰਤ ਬ੍ਰਹਮਨਾਥ ਮਹਾਰਾਜ 108 ਸੰਤ ਕਿਸ਼ਨ ਨਾਥ ਨੇ ਸਰੋਵਰ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਨੀਂਹ ਪੱਥਰ ਰੱਖੇ। 2 ਸਾਲਾਂ ਦੀ ਨਿਰੰਤਰ ਕਾਰ ਸੇਵਾ ਉਪਰੰਤ 22/8/2004 ਨੂੰ 108 ਸੰਤ ਬਾਬਾ ਹੰਸ ਰਾਜ ਮਹਾਰਾਜ ਜੀ ਦੇ 34ਵੇਂ ਬਰਸੀ ਸਮਾਗਮ 'ਤੇ ਸਰੋਵਰ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਸ਼ੁਭ ਉਦਘਾਟਨ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਰਜਿਸਟਰ ਪੰਜਾਬ ਦੇ ਮਹਾਂਪੁਰਸ਼ਾਂ ਦੇ ਨਾਲ ਲੱਖਾਂ ਸੰਗਤਾਂ ਦੀ ਹਾਜ਼ਰੀ ਵਿੱਚ ਡੇਰਾ 108 ਸੰਤ ਸਰਵਣ ਦਾਸ ਜੀ ਮਹਾਰਾਜ ਸੱਚਖੰਡ ਬੱਲਾ ਦੇ ਗੱਦੀ ਨਸ਼ੀਨ ਸੰਤ 108 ਸੰਤ ਨਿਰੰਜਣ ਦਾਸ ਜੀ ਮਹਾਰਾਜ ਅਤੇ 108 ਸੰਤ ਰਾਮਾਨੰਦ ਜੀ ਨੇ ਆਪਣੇ ਕਰ ਕਮਲ ਨਾਲ ਕੀਤਾ ਅਤੇ ਸਰੋਵਰ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਸੰਗਤਾਂ ਨੂੰ ਸਮਰਪਿਤ ਹੋਏ। ਇਸੇ ਕਰਕੇ ਹੀ ਅੱਜ ਪਿੰਡ ਪਾਂਡਵਾ ਨੂੰ ਸ਼੍ਰੀ ਗੁਰੂ ਰਵਿਦਾਸ ਤੀਰਥ ਅਸਥਾਨ ਸੱਚਖੰਡ ਪਾਂਡਵਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਪੰਜਾਬ ਵਿੱਚ ਇਹ ਪਹਿਲੇ ਸ਼੍ਰੀ ਗੁਰੂ ਰਵਿਦਾਸ ਸਰੋਵਰ ਹਨ। ਇਸ ਮਹਾਨ ਤੀਰਥ ਅਸਥਾਨ ਨੂੰ
13 ਇਤਿਹਾਸਕ ਤੀਰਥ ਅਸਥਾਨਾਂ ਦਾ ਮਾਣ ਪ੍ਰਾਪਤ ਹੈ, ਜਿਸ ਵਿੱਚ 13 ਇਤਿਹਾਸਕ ਤੀਰਥ ਸਥਾਨਾਂ ਤੋਂ ਅੰਮ੍ਰਿਤ ਜਲ ਲਿਆ ਕੇ ਪਾਇਆ ਗਿਆ ਹੈ, ਜਿੱਥੇ ਕਿ ਅੱਜ ਸ਼੍ਰੀ ਗੁਰੂ ਰਵਿਦਾਸ ਮਾਘੀ, ਸ਼੍ਰੀ ਗੁਰੂ ਰਵਿਦਾਸ ਵਿਸਾਖੀ ਅਤੇ ਸਰੋਵਰ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਸਥਾਪਨਾ ਦਿਵਸ, ਦੇਸ਼ ਅਤੇ ਵਿਦੇਸ਼ ਦੀਆਂ ਸਮੂਹ ਸੰਗਤਾਂ ਅਤੇ ਗ੍ਰਾਮ ਪੰਚਾਇਤ ਪਾਂਡਵਾਂ ਦੇ ਸਹਿਯੋਗ ਨਾਲ ਬੜੀ ਧੂਮਧਾਮ ਨਾਲ ਮਨਾਏ ਜਾਂਦੇ ਹਨ। ਇਸ ਸਰੋਵਰ ਵਿੱਚ ਹਰ ਰੋਜ਼ ਦੇਸ਼ਾਂ ਵਿਦੇਸ਼ਾਂ ਵਿੱਚੋਂ ਸੰਗਤਾਂ ਆ ਕੇ ਨਤਮਸਤਕ ਹੁੰਦੀਆਂ ਹਨ ਅਤੇ ਇਸ਼ਨਾਨ ਕਰਦੀਆਂ ਹਨ। ਗੁਰੂ ਪਿਆਰੀ ਸਾਧ ਸੰਗਤ ਜੀ, ਇਸ ਤੀਰਥ ਅਸਥਾਨ ਦੀ ਜਾਣਕਾਰੀ ਸੰਤ ਬਾਬਾ ਮਹਿੰਦਰਪਾਲ ਜੀ ਪਾਸੋਂ ਪ੍ਰਾਪਤ ਕਰੀਏ ਅਤੇ ਦਰਸ਼ਨ ਕਰੀਏ। ਬੋਲੇ ਸੋਨਰ ਪੈ ਗੁਰੂ ਪਿਆਰੀ ਸਾਧ ਸੰਗਤ ਜੀ, ਦਾਸ ਆਪ ਜੀ ਨੂੰ ਜੋ ਗੁਰੂ ਰਵਿਦਾਸ ਮਾਰ ਦਾ ਇਹ ਪਵਿੱਤਰ ਸਰੋਵਰ ਜਿੱਥੇ ਆਪਾਂ ਖੜ੍ਹੇ ਉਹਨਾਂ ਦੀ ਜਾਣਕਾਰੀ ਆਪ ਜੀ ਨੂੰ ਦੇ ਰਿਹਾ ਹੈ। ਸੰਤ ਬਾਬਾ ਹੰਸਰਾਜ ਜੀ ਮਹਾਰਾਜ ਨੇ ਦਾਸ ਨੂੰ 79 ਵਿੱਚ ਅਰਬ ਕੰਟਰੀ ਭੇਜਿਆ ਸੀ। ਜਦੋਂ ਕਿ 81 ਸਮਾਂ ਚੜ੍ਹਿਆ ਅਤੇ ਸੰਤ ਬਾਬਾ ਹੰਸਰਾਜ ਨੇ ਦਾਸ ਨੂੰ ਹੁਕਮ ਕੀਤਾ ਵੀ ਗੁਰੂ ਰਵਿਦਾਸ ਮਾਰ ਦੇ ਨਾਂ 'ਤੇ ਕੋਈ ਤੀਰਥ ਸਥਾਨ ਹੋਵੇ, ਆਪਾਂ ਪੁੱਤਰ ਉੱਥੇ ਇਸ਼ਨਾਨ ਕਰੀਏ। ਦਾਸ ਨੇ ਕਿਹਾ ਪੰਜਾਬ ਦੀ ਧਰਤੀ 'ਤੇ ਕਿਤੇ ਵੀ ਸਰੋਵਰ ਮਾਰਾ ਦੇ ਨਾਂ 'ਤੇ ਬਾਬਾ ਜੀ ਨਹੀਂ ਮਿਲ ਰਿਹਾ। ਉਹਨਾਂ ਨੇ ਕਿਹਾ ਕੋਈ ਸਮਾਂ ਆਵੇਗਾ, ਪਾਂਡਵੇ ਦੀ ਧਰਤੀ 'ਤੇ ਸਤਿਗੁਰਾਂ ਦੇ ਨਾਂ 'ਤੇ ਇੱਕ ਤੀਰਥ ਸਥਾਨ ਬਣਾਵਾਂਗੇ। ਉਹ ਚੱਲਦੀ ਚੱਲਦੀ ਗੱਲ ਦਾਸ 2002 ਲਗਭਗ 20 ਸਾਲ ਦਾ ਵੇਰਵਾ ਪੈ ਗਿਆ। ਸਰਦਾਰ ਪਰਮਜੀਤ ਸਿੰਘ ਜੀ ਵੋਟਰ ਜੋ ਅਮਰੀਕਾ ਵਿੱਚ ਸੇਵਾਦਾਰ ਸੀ ਚਲੇ ਗਏ, ਉਹਨਾਂ ਨੇ ਬੁਲਾ ਲਿਆ ਦਾਸ ਨੂੰ। ਔਰ ਬਾਬਾ ਜੀ ਨੇ ਕਿਰਪਾ ਕੀਤੀ, ਜੋ ਕਿ ਬਚਨ ਕਿਹਾ ਸੀ, ਗੁਰ ਕਾ ਬਚਨ ਬਸਤ ਜੀ ਨਾਲੇ, ਸਤਿਗੁਰ ਕੀ ਸੇਵਾ ਸਭ ਲੈ ਜੇ ਕੋ ਕਰੇ ਚਿਤਲਾਏ। ਮਾਂ ਬਾਕ ਅਨੁਸਾਰ ਸੰਤ ਬੀਬੀ ਬਿਮਲਾ ਰਾਣੀ ਆਪਣੀਆਂ ਪਿਆਰੀਆਂ ਪਿਆਰੀਆਂ ਸੰਗਤਾਂ ਨਾਲ ਲੈ ਕੇ ਨਗਰ ਦੇ ਸਹਿਯੋਗ ਨਾਲ ਜਗ੍ਹਾ ਖਰੀਦ ਕੀਤੀ ਗਈ। ਜਗ੍ਹਾ ਖਰੀਦਣ ਤੋਂ ਬਾਅਦ 2002 ਵਿੱਚ ਇਸ ਦਾ ਨੀਂਹ ਪੱਥਰ ਰੱਖਿਆ ਗਿਆ, ਜੋ ਕਿ 100 ਸੰਤ ਬਾਬਾ ਹੰਸਰਾਜ ਜੀ ਦੇ 32ਵੇਂ ਸਾਲਾਨਾ ਵਰਸੀ ਸਮਾਗਮ 'ਤੇ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾ ਸੁਸਾਇਟੀ ਦੇ ਜਿਹੜੇ ਪੰਜਾਬ ਦੇ ਸੰਤਾਂ ਮਹਾਂਪੁਰਸ਼ਾਂ ਅਤੇ ਸੰਗਤਾਂ ਦੇ ਭਾਰੀ ਇਕੱਠ ਵਿੱਚ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾ ਸੁਸਾਇਟੀ ਦੇ ਜਿਹੜੇ ਪੰਜਾਬ ਦੇ ਪ੍ਰਧਾਨ 100 ਸੰਤ ਸਰਬਿੰਦ ਜੀ ਡੇਰਾ ਬੋਹਣ ਵਾਲਿਆਂ ਦੇ ਅਰਦਾਸ ਕਰਨ ਉਪਰੰਤ ਇਸ ਮਹਾਨ ਸਰੋਵਰ ਦਾ ਨੀਂਹ ਪੱਥਰ ਡੇਰਾ 100 ਸੰਤ ਬਾਬਾ ਫਰੂਨਾਥ ਜੀ ਨਾਨਕ ਨਗਰੀ DT ਰੋਡ ਚਿਹੜੂ ਦੇ ਗੱਦੀ ਨਸ਼ੀਨ 100 ਸੰਤ ਬਾਬਾ ਬ੍ਰਹਮਨਾਥ ਜੀ ਅਤੇ ਸੰਤ ਕ੍ਰਿਸ਼ਨਨਾਥ ਜੀ ਨੇ ਆਪਣੇ ਘਰ ਕਮਰਾਂ ਦੁਆਰਾ ਮਿਤੀ 18/8/2002 ਦਿਨ ਐਤਵਾਰ ਨੂੰ ਰੱਖਿਆ। ਗੁਰੂ ਪਿਆਰੀ ਸਾਧ ਸੰਗਤ ਜੀ, ਸੰਗਤ ਦੇ ਸਹਿਯੋਗ ਨਾਲ ਦਾਸ ਬਾਰ ਬਾਰ ਅਮਰੀਕਾ, ਸਰਦਾਰ ਪਰਮਜੀਤ ਸਿੰਘ ਜੀ ਵੋਟਰ, ਕਾਲ ਸਮਾਨਸਨ, ਸਰਜੀਤ ਰੂਬੀ, ਰਾਜ ਰਾਣੀ, ਸਰਦਾਰ ਰਵਿੰਦਰ ਸਿੰਘ ਜੀ, ਜਿਨ੍ਹਾਂ ਨੇ ਬਾਰ ਬਾਰ ਬੁਲਾਇਆ ਦਾਸ ਨੂੰ, ਕੈਨੇਡਾ, ਅਮਰੀਕਾ, ਇੰਗਲੈਂਡ ਦੀਆਂ, ਇੰਡੀਆ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸਰੋਵਰ ਗੁਰੂ ਰਵਿਦਾਸ ਮਹਾਰਾਜ ਜੀ ਦੇ 2 ਸਾਲ ਦੀ ਨਿਰੰਤਰ ਕਾਰ ਸੇਵਾ ਸੰਪੰਨ ਹੋਣ ਤੋਂ ਬਾਅਦ ਮਹਾਨ ਸਰੋਵਰ ਦੇ ਸ਼ੁਭ ਉਦਘਾਟਨ ਕਰਨ ਲਈ ਡੇਰੇ ਵੱਲੋਂ ਦੇਸ਼ ਅਤੇ ਵਿਦੇਸ਼ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸਮਾਗਮ ਉਲੀਕੇ ਗਏ। ਇਹਨਾਂ ਮਹਾਨ ਸਮਾਗਮਾਂ ਦੀ ਖੁਸ਼ੀ ਅੰਦਰ ਮਿਤੀ 22 ਅਗਸਤ 2004 ਦਿਨ ਜੇਠਾ ਐਤਵਾਰ ਨੂੰ ਸ਼੍ਰੀ ਗੁਰੂ ਰਵਿਦਾਸ ਮੰਦਰ ਮਹੱਲਾ ਪ੍ਰੇਮਪੁਰੇ ਤੋਂ ਲੱਖਾਂ ਹੀ ਸੰਗਤਾਂ ਦੀ ਹਾਜ਼ਰੀ ਵਿੱਚ 13 ਅੰਮ੍ਰਿਤਮਈ ਕਲਸਾਂ ਦੀ ਵਿਸ਼ਾਲ ਸ਼ੋਭਾ ਯਾਤਰਾ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾ ਸੁਸਾਇਟੀ ਪੰਜਾਬ ਦੇ ਸੰਤਾਂ ਮਹਾਂਪੁਰਸ਼ਾਂ ਦੀ ਅਗਵਾਈ ਵਿੱਚ ਪ੍ਰੰਭ ਹੋ ਕੇ ਡੇਰੇ ਪਹੁੰਚਣ 'ਤੇ ਅਰਦਾਸ ਕਰਨ ਉਪਰੰਤ 13 ਅੰਮ੍ਰਿਤਮਈ ਕਲਸ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾ ਸੁਸਾਇਟੀ ਪੰਜਾਬ ਦੇ ਸਮੂਹ ਸੰਤਾਂ ਮਹਾਂਪੁਰਸ਼ਾਂ ਅਤੇ ਸੰਗਤਾਂ ਦੇ ਭਾਰੀ ਇਕੱਠ ਵਿੱਚ 100 ਸੰਤ ਨਿਰੰਜਣ ਦਾਸ ਜੀ ਅਤੇ 100 ਸੰਤ ਰਾਮਾਨੰਦ ਜੀ ਡੇਰਾ ਸੱਚਖੰਡ ਬੱਲਾਂ ਵਾਲਿਆਂ ਨੇ ਸਰੋਵਰ ਵਿੱਚ ਭੇਟਾ ਕਰਕੇ ਸ਼ੁਭ ਉਦਘਾਟਨ ਕੀਤੇ। ਇਸ ਲਈ ਸ਼੍ਰੀ ਗੁਰੂ ਰਵਿਦਾਸ ਸਰੋਵਰ ਨੂੰ 13 ਮਹਾਨ ਇਤਿਹਾਸਕ ਤੀਰਥ ਸਥਾਨਾਂ ਦਾ ਮਾਣ ਪ੍ਰਾਪਤ ਹੈ, ਜਿੱਥੇ ਅੱਜ ਸ਼੍ਰੀ ਗੁਰੂ ਰਵਿਦਾਸ ਮਾਘੀ ਵਿਸਾਖੀ ਅਤੇ ਪਵਿੱਤਰ ਤਿਉਹਾਰ ਬੜੀ ਧੂਮਧਾਮ ਨਾਲ ਅਤੇ ਸ਼ਰਧਾਪੂਰਕ ਮਨਾਏ ਜਾਂਦੇ ਹਨ। ਸਰੋਵਰ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਸ਼ੁਭ ਉਦਘਾਟਨ ਸਮੇਂ 13 ਅੰਮ੍ਰਿਤਮਈ ਕਲਸਾਂ ਦੀ ਸੇਵਾ, ਜਿਨ੍ਹਾਂ ਇਤਿਹਾਸਕ ਤੀਰਥ ਸਥਾਨਾਂ ਤੋਂ ਅੰਮ੍ਰਿਤ ਕਲਸ ਲਿਆ ਕੇ ਕੀਤੀ ਗਈ, ਉਹਨਾਂ ਦਾ ਵੇਰਵਾ ਇਸ ਪ੍ਰਕਾਰ ਹੈ। ਜਨਮ ਅਸਥਾਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਕਾਂਚੀ ਬਨਾਰਸ ਉਤਰਾਲ 'ਚ ਅੰਮ੍ਰਿਤ ਕਲਸ ਸੇਵਾ ਡੇਰਾ 100 ਸੰਤ ਸਰਬਿੰਦ ਜੀ ਮਹਾਰਾਜ, ਗੱਦੀ ਨਸ਼ੀਨ 100 ਸੰਤ
ਨਰਿੰਜਨ ਦਾਸ ਜੀ, 108 ਸੰਤ ਰਾਮਾਨੰਦ ਜੀ, ਡੇਰਾ ਸੱਚਖੰਡ ਬੱਲਾ। ਦੂਸਰਾ ਕੱਚ ਇਤਿਹਾਸਕ ਸਥਾਨ ਕੰਗਣ ਪੇਟਾ ਹਰਕੀ ਪੌੜੀ ਸ਼੍ਰੀ ਹਰਿਦੁਆਰ ਉੱਤਰਾਚਲ। ਅੰਮ੍ਰਿਤਕਾਲ ਸੇਵਾ ਡੇਰਾ 108 ਸੰਤ ਪੂਰਨ ਦਾਸ ਜੀ, ਗੱਦੀ ਨਿਸ਼ੀਨ 108 ਸੰਤ ਸੀਤਲ ਦਾਸ ਜੀ ਕਾਲੇਵਾਲ। ਤੀਸਰਾ ਇਤਿਹਾਸਕ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਖੁਰਾਰਗੜ ਹੁਸ਼ਿਆਰਪੁਰ। ਅੰਮ੍ਰਿਤਕਾਲ ਸੇਵਾ ਪ੍ਰਸਿੱਧ ਗੀਤਕਾਰ ਰਤੂ ਰੰਧਾਵਾ ਅਤੇ ਸਰਬ ਸੰਗਤਾਂ। ਚੌਥਾ ਇਤਿਹਾਸਕ ਸਥਾਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਚੱਕ ਕੀ ਡੀ ਟੀ ਰੋਡ ਫਗਵਾੜਾ। ਅੰਮ੍ਰਿਤਕਾਲ ਸੇਵਾ ਡੇਰਾ 108 ਸੰਤ ਫੂਨਾਸ ਜੀ ਮਹਾਰਾਜ ਜੀ, ਗੱਦੀ ਨਿਸ਼ੀਨ 108 ਸੰਤ ਕ੍ਰਿਸ਼ਨ ਆਜੀ ਨਾਨਕ ਨਗਰੀ ਡੀ ਟੀ ਰੋਡ ਚੇੜੂ ਫਗਵਾੜਾ। ਪੰਜਵਾਂ ਇਤਿਹਾਸਕ ਸਥਾਨ ਆਦਿ ਗੁਰੂ ਆਦਿ ਕਵੀ ਭਗਵਾਨ ਵਾਲਮੀਕ ਤੀਰਥ ਸ਼੍ਰੀ ਅੰਮ੍ਰਿਤਸਰ। ਅੰਮ੍ਰਿਤਕਾਲ ਸੇਵਾ ਡੇਰਾ 108 ਸੰਤ ਟਹਿਲ ਦਾਸ ਜੀ ਮਹਾਰਾਜ, ਗੱਦੀ ਨਸ਼ੀਨ 108 ਸੰਤ ਆਤਮਾ ਦਾਸ ਜੀ ਅਤੇ ਸਰਬ ਸੰਗਤਾਂ ਅਪਰਾ। ਛੇਵਾਂ ਇਤਿਹਾਸਕ ਸਥਾਨ ਸ਼੍ਰੀ ਦੁਰਗਿਆਨਾ ਮੰਦਿਰ ਸ਼੍ਰੀ ਅੰਮ੍ਰਿਤਸਰ। ਕਲਸ਼ ਅੰਮ੍ਰਿਤ ਸੇਵਾ ਡੇਰਾ 108 ਸੀਤਲ ਦਾਸ ਜੀ ਮਹਾਰਾਜ, ਗੱਦੀ ਨਸ਼ੀਨ 108 ਸੰਤ ਸਰਬਨ ਦਾਸ ਜੀ, ਸਰਬ ਸੰਗਤਾਂ ਬੋਣ ਹੁਸ਼ਿਆਰਪੁਰ। ਅਤੇ ਡੇਰਾ 108 ਸੰਤ ਬਾਬਾ ਮੇਲਾ ਰਾਮ ਜੀ, ਗੱਦੀ ਨਸ਼ੀਨ 108 ਸੰਤ ਭਗਵਾਨ ਦਾਸ ਜੀ, ਸਰਬ ਸੰਗਤਾਂ ਫਲੋ ਨਗਰ। ਸੱਤਵਾਂ ਇਤਿਹਾਸਕ ਤੀਰਥ ਸਥਾਨ ਕੀਰਤਪੁਰ ਸਾਹਿਬ। ਅੰਮ੍ਰਿਤਕਾਲ ਸੇਵਾ 108 ਸੰਤ ਟਹਿਲ ਨਾਥ ਜੀ, ਗੱਦੀ ਨਸ਼ੀਨ ਡੇਰਾ 108 ਸੰਤ ਪਾਰਸਨਾਥ ਜੀ ਨੰਗਲ ਖੇੜਾ ਅਤੇ ਭਾਈ ਪਰਮਜੀਤ ਸਿੰਘ ਜੀ ਖਾਲਸਾ ਬੰਗੇ। ਅੱਠਵਾਂ ਇਤਿਹਾਸਕ ਸਰੋਵਰ ਸ਼੍ਰੀ ਦਰਬਾਰ ਸਾਹਿਬ ਜੀ, ਹਰਿਮੰਦਰ ਸਾਹਿਬ ਸ਼੍ਰੀ ਅੰਮ੍ਰਿਤਸਰ। ਕਲਸ਼ ਅੰਮ੍ਰਿਤਕਾਲ ਸੇਵਾ ਸ਼੍ਰੀ ਪਿਆਰਾ ਸਿੰਘ ਜੀ, ਮਹਿੰਦਰ ਸਿੰਘ ਜੀ ਟੰਡਾ, ਸਰਬ ਸੰਗਤਾਂ ਰਾਮੂਵਾਲ। ਨੌਵਾਂ ਇਤਿਹਾਸਕ ਸਥਾਨ ਸ਼੍ਰੀ ਗੋਬਿੰਦਵਾਲ ਸਾਹਿਬ ਅਤੇ ਬਿਆਸ ਦਰਿਆ। ਅੰਮ੍ਰਿਤਕਾਲ ਸੇਵਾ ਸ਼੍ਰੀ ਹੁਸਨ ਲਾਲ ਔਜਲਾ ਅਤੇ ਮਾਸਟਰ ਸੋਮਰਾ ਜੀ ਭਗਤਪੁਰਾ ਫਗਵਾੜਾ। ਦਸਵਾਂ ਧੌਲਤਾ ਡੇਰਾ ਬਾਬਾ ਬਟਭਾਗ ਸਿੰਘ ਜੀ ਮੈੜੀ, ਜ਼ਿਲ੍ਹਾ ਊਨਾ ਹਿਮਾਚਲ ਪ੍ਰਦੇਸ਼। ਅੰਮ੍ਰਿਤਕਾਲ ਸੇਵਾ ਸ਼੍ਰੀ ਰਕੇਸ਼ ਕੁਮਾਰ ਮਹਲਾ ਜੱਟਾਂ, ਸਰਬ ਸੰਗਤਾਂ। ਗਿਆਰਵਾਂ ਪੰਜਾਬ ਦਾ ਪ੍ਰਸਿੱਧ ਦਰਿਆ ਸਤਲੁਜ ਦਰਬਾਰ ਚਿਸ਼ਤੀ ਝੰਡੀ ਪੀਰ ਜੀ ਫਲੌਰ। ਅੰਮ੍ਰਿਤਕਾਲ ਸੇਵਾ ਡੇਰਾ ਬਾਬਾ ਜੀ ਭਗਤ ਸ਼੍ਰੀ ਪੁੰਨੂ ਰਾਮ ਜੀ ਸਰਬ ਸੰਗਤਾਂ ਲੰਮਾ ਪਿੰਡ ਜਲੰਧਰ। ਬਾਰਵਾਂ ਇਤਿਹਾਸਕ ਤੀਰਥ ਸਥਾਨ ਤਰਵੈਣੀ ਇਲਾਹਾਬਾਦ। ਅੰਮ੍ਰਿਤਕਾਲ ਸੇਵਾ ਸ਼੍ਰੀ ਰਮੇਸ਼ ਕਲੇਰ ਅਤੇ ਸਰਬ ਸੰਗਤਾਂ ਬੂਟਾ ਮੰਡੀ ਪੰਜਾਬ ਜਲੰਧਰ। ਤੇਰਵਾਂ 108 ਸੰਤ ਬਾਬਾ ਹੰਸਰਾਜ ਮਹਾਰਾਜ ਜੀ ਦੇ 34ਵੇਂ ਸਾਲਾਨਾ ਬਰਸੀ ਸਮਾਗਮ ਦੇ 42 ਸ੍ਰੀ ਅਖੰਡ ਪਾਠਾਂ ਦੇ ਅੰਮ੍ਰਿਤ ਕੁੰਭ ਸੇਵਾ। ਅੰਮ੍ਰਿਤਕਾਲ ਸੇਵਾ ਡੇਰਾ 108 ਸੰਤ ਬਾਬਾ ਹੰਸਰਾਜ ਮਹਾਰਾਜ ਜੀ ਰਜਿਸਟਰਡ ਪਣਵਾ ਫਗਵਾੜਾ। ਗੱਦੀ ਨਸ਼ੀਨ 108 ਸੰਤ ਮਹਿੰਦਰਪਾਲ ਜੀ ਅਤੇ 108 ਸੰਤ ਬੀਬੀ ਬਿਮਲਾ ਰਾਣੀ ਜੀ, ਪ੍ਰਬੰਧ ਕਮੇਟੀ। ਔਰ ਇਹ ਸਰੋਵਰ 13 ਥਾਂ ਦਾ ਅੰਮ੍ਰਿਤ ਜਲ ਜੋ ਇੱਥੇ ਆ ਕੇ ਇਸ਼ਨਾਨ ਕਰਦਾ ਹੈ ਉਹ ਸਮਝ ਲਓ 13 ਦੇ ਇਸ਼ਨਾਨ ਕਰ ਗਿਆ। ਪਹਿਲਾਂ ਇਤਿਹਾਸਕ ਸਥਾਪਨਾ ਨੂੰ ਮਾਣ ਪ੍ਰਾਪਤ ਔਰ ਇਸ ਸਰੋਵਰ ਵਿੱਚ ਸਾਰਿਆਂ ਦੀ ਲਿਆ ਕੇ ਜਲ ਪਵਿੱਤਰਤਾ ਗੁਰੂ ਸਾਹਿਬ ਦੇ ਸਰੋਵਰ ਨੂੰ ਮਾਣ ਦਿੱਤਾ ਗਿਆ ਹੈ ਔਰ ਸਾਰੀਆਂ ਸੰਗਤਾਂ ਧੰਨਵਾਦੀਆਂ। ਦਾਸਨਾ ਵੀ ਗੁਰੂ ਰਵਿਦਾਸ ਮਹਾਰਾਜ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਾਤਾ ਪੈ ਰੋਕਾ ਇਸ਼ਨਾਨ ਕਰਨੇ ਹਨ। ਜੈ ਕਰਦੇ ਧੰਨਵਾਦ। ਗੁਰੂ ਪਿਆਰੀ ਸਾਧ ਸੰਗਤ ਜੀਓ, ਇਸ ਪਵਿੱਤਰ ਸਰੋਵਰ ਦੀ ਮਹਿਮਾ ਦਾ ਗੁਣਗਾਇਨ ਵੱਖ ਵੱਖ ਕਲਾਕਾਰਾਂ ਨੇ ਆਪੋ ਆਪਣੀ ਆਵਾਜ਼ ਵਿੱਚ ਕੀਤਾ। ਪ੍ਰਸਿੱਧ ਗੀਤਕਾਰ ਅਤੇ ਕਲਾਕਾਰਾਂ ਨੂੰ ਡੇਰੇ ਵੱਲੋਂ ਸੋਨੇ ਦੇ ਮੈਡਲਾਂ ਨਾਲ ਕਈ ਵਾਰੀ ਸਨਮਾਨ ਕੀਤਾ ਗਿਆ। ਆਓ ਸਰੋਵਰ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਮਹਿਮਾ ਸਰਵਣ ਕਰੀਏ। ਸੋਹਣਾ ਸੁੰਦਰ ਸਰੋਵਰ ਬਣਾਇਆ, ਸੋਹਣਾ ਸੁੰਦਰ ਸਰੋਵਰ ਬਣਾਇਆ, ਕੀ ਪੰਡ ਵਿੱਚ ਸੰਤਾਂ ਨੇ ਝੰਡਾ ਗੁਰੂ ਰਵਿਦਾਸ ਦਾ ਚੁਲਾਇਆ, ਝੰਡਾ ਗੁਰੂ ਰਵਿਦਾਸ ਦਾ ਚੁਲਾਇਆ, ਕੀ ਪੰਡ ਵਿੱਚ ਸੰਤਾਂ ਨੇ ਸੋਹਣਾ ਸੁੰਦਰ ਸਰੋਵਰ ਬਣਾਇਆ, ਕੀ ਪੰਡ ਵਿੱਚ ਸੰਤਾਂ ਨੇ
ਕਿ ਪੰਡ ਵਿੱਚ ਸੰਤਾਂ ਨੇ ਝੰਡਾ ਗੁਰੂ ਰਵਿਦਾਸ ਦਾ ਚੁਲਾਇਆ ਕਿ ਪੰਡ ਵਿੱਚ ਸੰਤਾਂ ਨੇ ਸਫਲ ਮਹਿੰਦਰ ਪਾਲ ਦਾਸ ਦੀ ਬੀਬੀ ਬਿਮਲਾ ਰਾਣੀ ਵੀ ਨਾਲ ਖਾਸੀ ਬੀਬੀ ਬਿਮਲਾ ਰਾਣੀ ਵੀ ਨਾਲ ਖਾਸੀ ਲਾਗੇ ਮਨ ਤਨ ਫਰਜ ਨਿਭਾਇਆ ਲਾਗੇ ਮਨ ਤਨ ਫਰਜ ਨਿਭਾਇਆ ਕਿ ਪੰਡ ਵਿੱਚ ਸੰਤਾਂ ਨੇ ਸੋਹਣਾ ਸੁੰਦਰ ਸਰੋਵਰ ਬਣਾਇਆ ਕਿ ਪੰਡ ਵਿੱਚ ਸੰਤਾਂ ਨੇ ਝੰਡਾ ਗੁਰੂ ਰਵਿਦਾਸ ਦਾ ਚੁਲਾਇਆ ਕਿ ਪੰਡ ਵਿੱਚ ਚੌਰਾਸੀ ਵਾਲੇ ਜਾਣਗੇ ਉਹ ਜੋ ਦੁੱਖਾਂ ਵਾਲਾ ਜੜਾ ਤੋਂ ਸਫਾਇਆ ਉਹ ਜੋ ਦੁੱਖਾਂ ਵਾਲਾ ਜੜਾ ਤੋਂ ਸਫਾਇਆ ਕਿ ਪੰਡ ਵਿੱਚ ਸੰਤਾਂ ਨੇ ਸੋਹਣਾ ਸੁੰਦਰ ਸਰੋਵਰ ਬਣਾਇਆ ਕਿ ਪੰਡ ਵਿੱਚ ਸੰਤਾਂ ਨੇ ਝੰਡਾ ਗੁਰੂ ਰਵਿਦਾਸ ਦਾ ਚੁਲਾਇਆ ਕਿ ਪੰਡ ਵਿੱਚ ਸੰਤਾਂ ਨੇ ਸੰਗਤਾਂ ਨੇ ਦੂਰੋਂ ਦੂਰੋਂ ਚੱਲ ਕੇ ਘਰ ਬੈਠੀਆਂ ਰੰਧਾਵੇ ਰੱਤੂ ਮੱਲ ਕੇ ਘਰ ਬੈਠੀਆਂ ਰੰਧਾਵੇ ਰੱਤੂ ਮੱਲ ਕੇ ਸੰਗ ਚੱਲ ਕੇ ਵਿਦੇਸ਼ਾਂ ਵਿੱਚੋਂ ਆਇਆ ਸੰਗ ਚੱਲ ਕੇ ਵਿਦੇਸ਼ਾਂ ਵਿੱਚੋਂ ਆਇਆ ਕਿ ਪੰਡ ਵਿੱਚ ਸੰਤਾਂ